विदेश भेजन के नाते एजेंटा वालों नित दिन नौजवानों के सुपनों नाल खिलवाड़ करन दा सिलसिला रुकन दा ना ही नहीं लै रहा। आए दिन नौजवान मुंडे कुड़ियां एजेंटा की चुंगल च आ के या तो विदेश के भंवर जाल च फस जाते हैं या फिर इस परेशानी के चलदियां दुनिया तो रुखसत होण दा मन बना लेंदे ने। अजिहा ही मामला फरीदकोट के मोगा जिले के विचकार पैंदे पिंड पंज गराई खुरद तो आया, जिथे एक लड़की वालों विदेश के नाते हुई लखां दी ठगी कारण अपनी जीवन लीला समाप्त करने की कोशिश की गई। दसिया जा रहा है कि लड़की दलित परिवार नाल संबंधित है ते उसने BCA कीती हुई है ते वह एक कारखाने च मजदूरी भी करती सी। अपने विदेश जाने दे सुपने अते घर दी हालत नूं सुधारन लई ओह विदेश जाना चाहुंदी सी। लड़की दी इस चाहत नूं पूरा करन लई उसदे ही एक रिश्तेदार वल्लों खुद नूं ट्रैवल एजेंट दस के उकसाया गया अते फाइल बनन ते जद चंडीगढ़ दूतावास चैक करवाई गई तां ओह फाइल नकली निकली। इस दे नाल ही जदों लड़की दे परिवारक मैंबरां वल्लों अपने पैसे वापस लैने चाहे तां ओह रिश्तेदार साफ मुकर गए। इस ठगी दा शिकार होण मगरों लड़की ने एक सुसाइड नोट लिख के दुनिया तो हमेशा लई जाण दा फैसला कर लिया। इस मामले बारे पीड़ित लड़की दे भरा ने जानकारी दिंदे होए दस्या, गल इह जी इन्हां दे साडे रिश्तेदारी च एजेंट सीगे जी इक, जिन्हां ने इक ਤਖੋਂ ਜਿਨ੍ਹਾਂ ਨੇ ਇੱਕ ਇਹਨਾਂ ਨੂੰ ਕਿਹਾ ਸੀਗਾ ਤੁਹਾਨੂੰ ਬਾਹਰ ਲੈ ਜਾਵਾਂਗੇ, ਪਹਿਲਾਂ ਹੀ ਇਹਨਾਂ ਦੀ +2 ਕੀਤੀ ਸੀਗੀ, +2 ਕਰਕੇ BCA ਕੀਤੀ ਸੀਗੀ ਜਿਨ੍ਹਾਂ ਦੀ, BCA ਦੇ ਨਾਲ 2 ਸਾਲ ਦਾ ਡਿਪਲੋਮਾ ਕੀਤਾ ਸੀ ਕੰਪਿਊਟਰ ਜੀ, 5 ਸਾਲ ਦੀ ਇਹਨਾਂ ਦੀ ਡਿਗਰੀ ਸੀਗੀ ਜੀ। ਉਸ ਤੋਂ ਬਾਅਦ ਇਹ ਆਈਲੈਸਟ ਕਰ ਰਹੇ ਸੀਗੇ, ਉਹਨਾਂ ਨੇ ਰਾਏ ਦਿੱਤੀ ਕਹਿੰਦੇ ਵੀ ਤੁਸੀਂ ਆਈਲੈਸਟ ਰਹਿਣ ਦਿਓ, ਕਦ ਨੂੰ ਤੁਸੀਂ ਬਾਹਰ ਹੀ ਜਾਣਾ ਵਾ, ਤੁਹਾਡਾ ਅਸੀਂ ਘੱਟ ਪੈਸਿਆਂ ਦੇ ਵਿੱਚ ਕੰਮ ਕਰਵਾ ਦਿੰਦੇ ਹਾਂ, ਤਕਰੀਬਨ 9 ਲੱਖ ਰੁਪਏ ਦੇ ਵਿੱਚ ਕੰਮ ਕਰਵਾ ਦਿੰਦੇ ਹਾਂ, ਜਿਹਦੇ ਵਿੱਚੋਂ ਅਸੀਂ 2.5 ਲੱਖ ਰੁਪਏ ਪਹਿਲਾਂ ਦਿੱਤੇ ਸੀਗੇ ਜੀ ਉਹ ਫੜ ਦੜ ਕੇ ਜਾਂ ਉਹਦੇ ਕਰਕੇ ਹੀ। ਅਸੀਂ ਉਹਨਾਂ ਨੂੰ ਕਿਹਾ ਵੀ ਐਂ ਕਰਕੇ ਵੀ ਵੇਖ ਲਓ ਵੀ ਸਾਡਾ ਰਿਸ਼ਤੇਦਾਰੀ ਦਾ ਕੰਮ ਆ, ਵੀ ਕੰਮ ਤੁਸੀਂ ਕਰਵਾ ਸਕਦੇ। ਉਹ ਕਹਿੰਦੇ ਸਾਡਾ ਬਹੁਤ ਵੱਡਾ ਪਟਿਆਲੇ ਇਮੀਗ੍ਰੇਸ਼ਨ ਆ, ਵੀ ਤੁਸੀਂ ਸਾਡੇ ਤੋਂ ਜ਼ਰੂਰ ਕੰਮ ਕਰਵਾਓ। ਅਸੀਂ ਕਹੀ ਠੀਕ ਆ, ਉਹਨਾਂ ਨੇ ਪੜਨੋਂ ਵੀ ਹਟਾਤੀ। ਉਸ ਤੋਂ ਬਾਅਦ ਜਦੋਂ ਇਹ ਗੱਲ ਚੱਲਦੀ ਰਹੀ ਅਸੀਂ ਡਾਕੂਮੈਂਟ ਦਿੱਤੇ ਜੀ ਉਹਨਾਂ ਨੂੰ, ਉਹਨਾਂ ਨੇ ਇੱਕ ਜਿਹੜੀ ਆ ਡੁਪਲੀਕੇਟ ਤਿਆਰ ਕੀਤੀ ਸੀਗੀ ਜੀ ਫਾਈਲ, ਜਿਹੜੀ ਮੈਂਸੀ ਨੇ ਕੀਤੀ ਨੀਗੀ ਜੀ, ਉਹ ਉਹਨਾਂ ਨੇ ਮੈਸੀ ਨੇ ਵਾਪਸ ਕਰਤੀ ਸੀਗੀ। ਅਸੀਂ ਉਸ ਤੋਂ ਬਾਅਦ ਉਹਨਾਂ ਨੂੰ ਕਿਹਾ ਵੀ ਤੁਸੀਂ ਅਸੀਂ ਵੀ ਜੇ ਤਾਂ ਰੀਜਨਲ ਕੰਮ ਹੈਗਾ ਤਾਂ ਕਰਵਾ ਦਿਓ, ਨਹੀਂ ਅਸੀਂ ਤੁਹਾਡੇ ਤੋਂ ਕੰਮ ਨਹੀਂ ਕਰਵਾਉਣਾਗਾ। ਉਹਨਾਂ ਨੇ ਝੱਗਾ ਹੀ ਚੱਕਤਾ, ਕਹਿੰਦੇ ਨਾ ਅਸੀਂ ਤੁਹਾਡਾ ਕੰਮ ਕਰਵਾਉਣਾ, ਨਾ ਅਸੀਂ ਤੁਹਾਡੇ ਪੈਸੇ ਮੋੜਨੇ ਆ, ਤੁਸੀਂ ਜਿਹੜਾ ਕੁਛ ਹੁੰਦਾ ਕਰ ਲਓ। ਅਸੀਂ ਉਹ ਤੋਂ ਬਾਅਦ ਹੀ SSP ਸਾਹਿਬ ਕੋਲ ਗਏ ਸੀਗੇ ਜੀ, ਇਹ ਗੱਲ ਨੂੰ 6-7 ਮਹੀਨੇ ਦੀ ਗੱਲ, ਅਸੀਂ 5-6 ਦਿਨ ਹੋ ਗਏ SSP ਸਾਹਿਬ ਕੋਲ ਗਏ ਸੀਗੇ। ਕਿਹੜੇ ਜ਼ਿਲ੍ਹੇ ਦੇ? ਮੋਗੇ ਦੀ। ਅਸੀਂ ਉਹਨਾਂ ਨੂੰ ਕੰਪਲੇਂਟ ਦਿੱਤੀ ਸੀਗੀ ਜੀ, ਅਸੀਂ ਉਹਨਾਂ ਨੂੰ ਕਿਹਾ ਐਂ ਕਰਕੇ ਸਾਨੂੰ ਇਹ ਧਮਕੀਆਂ ਦਿੰਦੇ, ਅਸੀਂ ਤੁਹਾਨੂੰ ਜੇਲ੍ਹ ਕਰਵਾ ਦੇਵਾਂਗੇ, ਐਂ ਕਰਵਾ ਦੇਵਾਂਗੇ, ਤੁਸੀਂ ਸਾਡਾ ਕੁਛ ਨਹੀਂ ਵਿਗਾੜ ਸਕਦੇ, ਅਸੀਂ ਤੁਹਾਨੂੰ 2.5 ਲੱਖ ਰੁਪਏ ਚੱਕ ਪੰਜੀ ਵੀ ਨਹੀਂ ਦੇਣੀ ਗੀ। ਅਤੇ ਉਸ ਤੋਂ ਬਾਅਦ ਹੀ ਇਹਨਾਂ ਨੂੰ ਫਿਰ ਵਟਸਐਪ ਕਾਲ ਲਾਈ ਜੀ, ਕਹਿੰਦੇ ਤੂੰ ਦਰਖਾਸਤ ਦੇਈ ਹੁਣ ਸਾਡਾ ਕੀ ਕਰਵਾ ਦੇਂਗੀ, ਅਤੇ ਹੁਣ ਅਸੀਂ ਜਿਹੜਾ ਕੁਛ ਹੋਇਆ ਤੇਰੇ ਨਾਲ ਕਰਾਂਗੇ। ਅਸੀਂ ਵਟਸਐਪ ਇੱਕ ਕਾਲ ਲਾਈ ਸੀ ਜਿਹੜੀ ਇੱਕ ਰਿਕਾਰਡ ਨਹੀਂ ਹੁੰਦੀ ਗੀ, ਅਤੇ ਉਸ ਤੋਂ ਬਾਅਦ ਇਹਨਾਂ ਨੇ ਜੀ ਤੁਹਾਡੇ ਸਾਹਮਣੇ ਹੀ ਇੱਕ ਸਪਰੇਅ ਪੀ ਲਈ ਜੀ, ਕਿਉਂਕਿ ਘਰ ਦੇ ਥੋੜ੍ਹੇ ਹਾਲਾਤ ਬਹੁਤ ਮੰਦੇ ਸੀਗੇ ਜੀ, ਕਿਉਂਕਿ ਵਿਆਜੂ ਪੈਸੇ ਫੜ ਕੇ ਦਿੱਤੇ ਸੀਗੇ ਜੀ, ਅਤੇ ਇਹਦਾ ਕਰਕੇ ਇਹਨਾਂ ਨੇ ਜਿਹੜਾ ਕਿ ਉਹਨੇ ਇੱਕ ਜ਼ਿੰਦਗੀ ਦੇ ਨਾਲ ਖਿਲਵਾੜ ਕੀਤਾ ਜੀ, ਸਾਰਾ ਅਰਮਾਨਾਂ ਨੂੰ ਜਿਵੇਂ ਜੀ ਤੋੜ ਦਿੱਤਾ ਜੀ, ਇੱਕ ਝੂਠੇ ਹੌਸਲੇ ਦੇ ਵਿੱਚ ਇੱਕ ਖੂਨ ਹੀ ਕੀਤਾ ਜੀ ਉਹਨਾਂ ਨੇ ਇੱਕ ਮੇਰੀ ਭੈਣ ਦਾ ਜੀ। ਪੁਲਿਸ ਦਾ ਕੀ ਰਵੱਈਆ ਰਿਹਾ ਇਸ ਮਾਮਲੇ 'ਚ? ਪੁਲਿਸ ਦਾ ਜੀ ਅੱਜ 5 ਦਿਨ ਹੋ ਗਏ ਜੀ, ਕੋਈ ਜਾਣੀ ਕਿ ਸਾਡੇ ਮੋਗੇ ਜ਼ਿਲ੍ਹੇ ਦੀ ਥਾਣੇ ਆ ਜਿਹੜੇ ਮਨ ਕੇ ਸਮਾਲਸਾ ਥਾਣਾ ਪੈਂਦਾ, ਉੱਥੋਂ ਦੇ ਮੁਲਾਜ਼ਮ ਹਜੇ ਤੱਕ ਨਹੀਂ ਗਏ ਆਏ ਗਏ, ਅਤੇ ਇੱਥੋਂ ਸਦਰ ਥਾਣੇ ਦੇ ਆਏ ਸੀਗੇ ਜੀ ਮੁਲਾਜ਼ਮ, ਉਹ ਕਹਿੰਦੇ ਅਸੀਂ ਗਾਂਹ ਕਹਿੰਦੇ ਅਸੀਂ ਕਰ ਦਿੰਦੇ ਹਾਂ ਵੀ ਤੁਹਾਡੇ ਥਾਣਿਆਂ ਦੇ ਵਿੱਚ ਵੀ ਸਾਰੇ ਭੇਜ ਦਿੰਦੇ ਹਾਂ। ਅਸੀਂ ਕਹੀ ਚਲੋ ਠੀਕ ਆ, ਪੁਲਿਸ ਹਜੇ ਤੱਕ ਜੀ ਕੋਈ ਨਹੀਂ ਰਵੀਆ। ਆਉਣ ਵਾਲਾ ਜੀ ਮੈਂ ਇੱਕ ਮਿਸਤਰੀ ਨਾਲ ਦਿਹਾੜੀ ਜਾਂਦਾ ਵਾਂ ਜੀ, ਅਤੇ ਜਿਹੜੀ ਮੇਰੀ ਮੰਮੀ ਅਤੇ ਮੇਰੀ ਭੈਣ ਆ ਇਹ ਇੱਕ ਜੀਦੇ ਫੈਕਟਰੀ ਦੇ ਵਿੱਚ ਕੰਮ ਕਰਦੇ, ਜਿਹਦੇ ਵਿੱਚ ਇਹਨਾਂ ਦੀ 6-7 ਹਜ਼ਾਰ ਰੁਪਇਆ ਪੇਮੈਂਟ ਆ ਜਾਂਦੀ ਆ ਜੀ। ਸਾਰੇ ਮਜ਼ਦੂਰੀ ਕਰਦੇ ਹਨ ਜੀ, ਮੇਰੀ ਭੈਣ ਵੀ ਲੱਗੀ ਸੀ, ਮੇਰੀ ਮਾਤਾ ਵੀ ਲੱਗੀ ਸੀਗੀ ਜੀ। ਮੰਗ ਪ੍ਰਸ਼ਾਸਨ ਤੋਂ ਕਰਦੇ ਜਿਹੜਾ ਵੀ ਸਾਡੇ ਪੈਸੇ ਵਾਪਸ ਕਰਵਾਏ ਜਾਣ, ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ, ਜਿਹੜਾ ਕਿ ਇੱਕ ਉਹਨਾਂ ਨੇ ਇੱਕ ਮਨੁੱਖੀ ਖੂਨ ਕੀਤਾ ਹੋਇਆ ਜੀ ਇੱਕ, ਕਿਉਂਕਿ ਚਲੋ ਉਹ ਤਾਂ ਡਾਕਟਰ ਸਾਹਿਬ ਦੀ ਮਿਹਰਬਾਨੀ ਆ, ਬਚ ਗਏ ਅਸੀਂ ਮੌਕੇ 'ਤੇ ਲੈ ਜਾਂਦਾ, ਇਹਨਾਂ ਨੇ ਦਾਖਲ ਕਰ ਲਿਆ। ਜੇ ਅਸੀਂ 1 ਘੰਟਾ ਹੋਰ ਨਾ ਲਿਆਉਂਦੇ ਇਹ ਜੀ ਉਹਨਾਂ ਨੇ ਕਤਲ ਕਰਤਾ ਸੀਗਾ ਜੀ, ਬਕਾਇਦਾ ਉਹਨਾਂ ਨੇ ਲਿਖ ਕੇ ਦਿੱਤਾ ਵਾ, ਜਦੋਂ ਇਹਨਾਂ ਨੂੰ ਕਾਲ ਲਾਈ ਸੀ ਵਟਸਐਪ ਉਹਨਾਂ ਨੇ ਲਿਖਿਆ ਸੀਗਾ ਕਾਪੀ 'ਤੇ ਵੀ ਮੈਂ ਮਰ ਰਹੀ ਹਾਂ, ਇਹਨਾਂ ਇਹ ਮੈਨੂੰ ਧਮਕੀਆਂ ਦੇ ਰਿਹਾ, ਮੈਂ ਤਾਂ ਆਹ ਕੰਮ ਕਰ ਰਹੀ ਹਾਂ, ਤੁਸੀਂ ਸਾਡਾ SSP ਤੋਂ ਕੁਛ ਨਹੀਂ ਕਰਵਾ ਸਕਦੇ ਗੇ। ਲੜਕੀ ਦਾ ਇਲਾਜ ਕਰ ਰਹੇ ਡਾਕਟਰ ਦਾ ਕਹਿਣਾ ਹੈ ਕਿ ਲੜਕੀ ਨੂੰ ਗੰਭੀਰ ਹਾਲਤ 'ਚ ਹਸਪਤਾਲ ਲਿਆਂਦਾ ਗਿਆ ਸੀ, ਪਰ ਹੁਣ ਲੜਕੀ ਦੀ ਹਾਲਤ 'ਚ ਥੋੜ੍ਹਾ ਸੁਧਾਰ ਆਇਆ ਹੈ। ਪੇਸ਼ੈਂਟ ਹਮਾਰੇ ਪਾਸ ਜੋ ਥਾ ਵੋ ਸਸਪੈਕਟਡ ਕੋਈ ਪੋਇਜ਼ਨਿੰਗ ਲੀ ਹੋਈ ਥੀ, ਇਸਨੇ ਸਸਪੈਕਟਡ ਥਾ ਇਸ ਬਾਰੇ ਮੇਂ, ਤੋ ਜਬ ਆਇਆ ਤੋ ਕਾਫੀ ਸੀਰੀਅਸ ਥਾ, ਅਭੀ ਤੋ ਪੋਜੀਸ਼ਨ ਇੰਪਰੂਵ ਕਰ ਰਹੀ ਹੈ, ਤੋ ਇਸਕੇ ਬਾਰੇ ਮੇਂ ਰਿਸਪੈਕਟਡ ਥਾ ਜੋ ਰਿਸਪੈਕਟਿਵ ਥਾਣਾ ਹੈ ਉਸਮੇਂ ਇਤਲਾਹ ਕਰ ਦੀ ਗਈ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ TV।
दुनिया भर दी ताजा तरीन खबरां अते मनोरंजन भरपूर प्रोग्राम वेखन लई सब्सक्राइब करो साडा यूट्यूब चैनल ते दबाओ बैल बटन एंड ऑल्सो लाइक आवर फेसबुक पेज।